ਅਸੀਂ ਜੀ ਸਕੂਲ ਨੂੰ ਨਵੀਂ ਲੁੱਕ ਦੇਣ ਲਈ ਗੰਗਾ ਇੰਡਸਟਰੀ ਨੂੰ ਬੇਨਤੀ ਕਰੀ ਸੀ, ਜਿਨ੍ਹਾਂ ਨੇ ਸਾਨੂੰ ਇੱਥੇ ਰੰਗ ਦੀ ਸੇਵਾ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਸੀ, ਰੰਗ ਕਰਾਇਆ ਵੀ ਆ ਅਤੇ ਉਹਨਾਂ ਨੇ ਆਰਟਸ ਲਈ ਕਰਾਫਟ ਲਈ ਵੀ ਸਾਨੂੰ ਕਿਹਾ ਸੀਗਾ। ਅਤੇ ਮੈਂ ਖੁਦ ਸਰ ਨਿਰਮਲ ਸਿੰਘ ਸਲੌਦੀ ਦਾ ਕੰਮ ਜਿਹੜਾ ਦੇਖਿਆ ਸੀਗਾ ਦੋ ਸਕੂਲਾਂ ਦੇ ਵਿੱਚ, ਇੱਕ ਮੰਡਿਆਲਾ ਕਲਾਂ ਅਤੇ ਇੱਕ ਕੋਟ ਸਿੱਖੋ ਜੀ, ਅਤੇ ਉਹਨਾਂ ਤੋਂ ਮੈਂ ਉਹਨਾਂ ਨੂੰ ਇਹਨਾਂ ਦਾ ਨਾਂ ਦੱਸਿਆ ਅਤੇ ਉਹਨਾਂ ਨੇ ਇਹਨਾਂ ਦੇ ਨਾਂ ਤੋਂ ਆਪ ਗੱਲਬਾਤ ਕਰਕੇ ਅਤੇ ਇਹਨਾਂ ਦੀ ਸਿਲੈਕਸ਼ਨ ਕਰਕੇ ਸਕੂਲ ਵੀ ਵਧੀਆ ਬਣਾਉਂਦੇ ਨੇ ਅਤੇ ਇੱਥੇ ਸਾਡੇ ਸਕੂਲ ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕਰਿਆ। ਤੁਸੀਂ ਆਪ ਦੇਖ ਸਕਦੇ ਹੋ ਇਹਨਾਂ ਦੀਆਂ ਬਣੀਆਂ ਹੋਈਆਂ ਪੇਂਟਿੰਗਾਂ, ਬਾਕੀ ਕੰਮ ਤਾਂ ਸਾਰੇ ਜਣਿਆਂ ਨੇ ਇਹਨਾਂ ਨੇ ਕੰਮ ਦੀ ਸਲਾਘਾ ਕਰੀ ਆ ਅਤੇ ਇਹਨਾਂ ਨੇ ਆਪ ਵੀ ਪੂਰੇ ਰੀਝ ਨਾਲ ਕੰਮ ਕਰਿਆ ਇੱਥੇ। ਅਤੇ ਇੱਕ ਸਾਡੇ ਹਰੀ ਸੂਚਨਾ ਉਹ ਵੀ ਸਾਨੂੰ ਇੱਥੇ ਕੰਮ ਕਰਾਉਂਦੇ ਰਹੇ ਨੇ ਅਤੇ ਕੱਲ੍ਹ ਮੈਡਮ ਵੀ ਆਏ ਸੀਗੇ, ਉਹ ਖੁਦ ਉੱਥੋਂ ਅਤੇ ਆਏ ਸੀਗੇ ਜੰਗਲ ਬੂਟਾ ਲਾ ਆਪਣੇ ਲਾਉਣ ਲਈ ਅਤੇ ਉਹਨਾਂ ਨੇ ਜਦੋਂ ਕੰਮ ਇਹਨਾਂ ਦਾ ਦੇਖਿਆ ਕੈਪਟੀ ਖੰਨਾ ਜੀ, ਅਤੇ ਉਹਨਾਂ ਨੇ ਵੀ ਇਹਨਾਂ ਨੂੰ ਸਾਬਾ ਦਿੱਤੀ ਆ ਅਤੇ ਬਾਕੀ ਵੀ ਜਿਹੜੇ ਜਿੰਨੇ ਵੀ ਆਉਂਦੇ ਨੇ ਇੱਥੇ ਉਹ ਸਾਰੇ ਜਾਣੇ ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ, ਚਾਹੇ ਪਿੰਡ ਦੇ ਨੇ ਚਾਹੇ ਬਾਹਰੋਂ ਨੇ, ਸਾਰੇ ਜਾ ਕੇ ਇਹਨਾਂ ਦਾ ਕੰਮ ਦੀ ਸ਼ਲਾਘਾ ਕਰਦੇ ਨੇ। ਦੇਖੋ ਆਰਟਸ ਪੇ ਕੰਮ ਕਰਨਾ ਪਏ ਜੇ ਉਲਟ ਫੁਲਟ ਵੀ ਕਰਦੇ, ਪਰ ਇਹਨਾਂ ਨੇ ਕੋਈ ਵੀ ਆਪਣੀ ਰੀਝ ਨਾਲ ਕੰਮ ਪੂਰੀ ਤਰ੍ਹਾਂ ਨਾਲ ਕਰਿਆ। ਦੇਖ ਸਕਦੇ ਹਾਂ ਆਪਾਂ ਕੱਲੀਆਂ ਕੱਲੀਆਂ ਇਹਨਾਂ ਦੀਆਂ ਸਿੰਦਰੀਆਂ ਬਣਾਈਆਂ ਹੋਈਆਂ, ਇਹਨਾਂ ਦੇ ਮੈਟਰ ਬਣਾਏ ਹੋਏ, ਇਹਨਾਂ ਲਿਖਿਆ ਹੋਇਆ, ਉਹਨਾਂ ਦਾ ਕੋਈ ਨਾ ਕੋਈ ਮਤਲਬ ਨਿਕਲਦਾ। ਅਤੇ ਮੈਂ ਕਹੀ ਇਹਨਾਂ ਦਾ ਇਹਨਾਂ ਨੇ ਬਾਹਰ ਵੀ ਕੰਮ ਕਈ ਆਪਣੇ ਗੁਰਦੁਆਰੇ ਸਾਹਿਬ ਜਿਵੇਂ ਆਸਟ੍ਰੇਲੀਆ ਕਨੇਡਾ ਇੱਥੋਂ ਬਣਾ ਕੇ ਭੇਜਦੇ ਰਹੇ ਨੇ, ਹੋਰ ਵੀ ਕਾਲਜਾਂ ਸਕੂਲਾਂ ਡਿਪਾਰਟਮੈਂਟ ਦੇ ਵਿੱਚ ਇਹਨਾਂ ਦਾ ਕੰਮ ਚੱਲਦਾ ਰਹਿੰਦਾ। ਅਤੇ ਮੈਂ ਕਹੂੰਗਾ ਵੀ ਇਹਨਾਂ ਦਾ ਬਹੁਤ ਬਹੁਤ ਅਸੀਂ ਵੀ ਧੰਨਵਾਦ ਕਰਦੇ ਹਾਂ ਕੰਮ ਕਰਾਉਣਾ ਅਤੇ ਕੰਮ ਕਰਨਾ ਅਤੇ ਰੀਝ ਨਾਲ ਬਹੁਤ ਵਧੀਆ ਅਸੀਂ ਸਕੂਲ ਕੰਨੀਆਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਸਰਦਾਰ ਨਿਰਮਲ ਸਿੰਘ ਜੀ ਦਾ। ਤੁਸੀਂ ਅਸੀਂ ਸਾਹਿਬਜ਼ਾਦਾ ਫਤਿਹ ਸਿੰਘ ਯਾਦਗਾਰੀ ਮਿੰਨੀ ਜੰਗਲ ਆਰ ਐਸ ਖਾਲਸਾ ਹਾਈ ਸਕੂਲ ਜਸਪਾਲੋਂ ਦੇ ਵਿੱਚ ਅਸੀਂ ਇਹ ਸ਼ੁਰੂ ਕਰਿਆ ਸੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਅਤੇ ਮੈਂ ਸਰਦਾਰ ਨਿਰਮਲ ਸਿੰਘ ਜੀ ਨੂੰ ਇਹ ਦਿੱਤਾ ਸੀਗਾ ਵੀ ਅਸੀਂ ਬਣਾਉਣਾ ਅਤੇ ਇਹਨਾਂ ਨੇ ਪੇਂਟਿੰਗ ਦੇ ਹਿਸਾਬ ਨਾਲ ਪੂਰਾ ਐਨ ਸਹੀ ਕਰਕੇ ਬਣਾਇਆ। ਤੁਸੀਂ ਸਾਡਾ ਇਹ ਮਿੰਨੀ ਜੰਗਲ ਵੀ ਦੇਖੋ ਅਤੇ ਇਹਨਾਂ ਦੇ ਵਿੱਚ ਕਈ ਸ਼ਖਸੀਅਤਾਂ ਆ ਕੇ ਮਿੰਨੀ ਜੰਗਲ ਦੇ ਵਿੱਚ ਸਾਨੂੰ ਸਹਿਯੋਗ ਗਰਾਊਂਡ ਫੈਡਰੇਸ਼ਨ ਨੇ ਵੀ ਦਿੱਤਾ ਅਤੇ ਇੱਥੇ ਵੀਰ ਨੇ ਸਾਡੇ ਕਲੱਬ ਮੈਂਬਰ ਅਤੇ ਉਹ ਵੀ ਸਾਡਾ ਸਹਿਯੋਗ ਕਰ ਰਹੇ ਨੇ ਇਹਦੇ ਵਿੱਚ ਪੂਰਾ। ਅਤੇ ਆਹ ਦੇਖੋ ਉੱਧਰ ਵੀ ਅਸੀਂ ਪੂਰਾ ਜੰਗਲ ਲਾ ਲੈਣਾ, 2000 ਦੇ ਕਰੀਬ ਇਹ ਅਸੀਂ ਲਾਏ ਹੋਏ ਨੇ ਅਤੇ ਹੋਰ ਵੀ ਅਸੀਂ ਇੱਥੇ ਲਾਵਾਂਗੇ। ਹੁਣ ਅਸੀਂ ਇਹ 350 ਜੰਗਲ ਲਾਇਆ ਅਤੇ ਇੱਥੇ ਬਾਬਾ ਸੀਚੇ ਸਿੰਘ ਵਾਲਿਆਂ ਨਾਲ ਵੀ ਗੱਲ ਹੋਈ ਆ, ਸਾਡੇ ਬੜੇ ਪ੍ਰੇਮੀਆਂ ਸੀ ਉਹਨਾਂ ਦੇ, ਉਹ ਵੀ ਆ ਕੇ ਇੱਥੇ ਬੂਟਾ ਲਾਉਣਗੇ। ਅਤੇ ਮੈਂ ਤੁਹਾਨੂੰ ਬਾਹਰ ਵੀ ਇਹਦੇ ਲਈ ਦਿਖਾਉਣਾ ਵੀ ਸਾਡੀ ਇੱਕ ਨਵੀਂ ਲੁੱਕ ਜਿਹੜੀ ਦਿੱਤੀ ਗਈ ਆ ਸਾਰੀ 600 ਫੁੱਟ ਦੇ ਤਕਰੀਬਨ ਇਹ ਕੰਧ ਆ ਅਤੇ ਉਹਦੇ ਉੱਤੇ ਅੱਡੋ ਅੱਡ ਜਿਹੜੀਆਂ ਪੇਂਟਿੰਗ ਵੀ ਕਰੀ ਹੋਈ ਆ ਅਤੇ ਅੱਡੋ ਅੱਡ ਹੀ ਉਹਦਾ ਮੈਸੇਜ ਵੀ ਜਾਂਦਾ ਕੁਛ ਨਾ ਕੁਛ, ਇਕੱਲੀ ਪੇਂਟਿੰਗ ਨਹੀਂ ਉਹਦਾ ਲਹਿਰਾ ਲਹਿਰਾ ਮੈਸੇਜ ਜਾਂਦਾ। ਅਤੇ ਉਹ ਬੜਾ ਲੋਕ ਆ ਕੇ ਰੁਕਦੇ ਨੇ ਅਤੇ ਪੁੱਛਦੇ ਨੇ, ਸਾਨੂੰ ਵੀ ਕਈਆਂ ਦੇ ਫੋਨ ਆਉਂਦੇ ਨੇ ਵੀ ਤੁਸੀਂ ਇੰਨਾ ਵਧੀਆ ਕੰਮ ਕਿਤੋਂ ਕਰਾਇਆ ਅਤੇ ਕਿਵੇਂ ਹੋ ਰਿਹਾ। ਓਕੇ ਜੀ, ਥੈਂਕ ਯੂ। ਮਿੰਨੀ ਜੰਗਲ ਜੋ ਸਾਨੂੰ ਇਸ ਬਾਰੇ ਸਰ ਨੇ ਦੱਸਿਆ, ਅਤੇ ਹੁਣ ਅਸੀਂ ਸਕੂਲ ਦੇ ਬਾਹਰ ਜੋ ਬਾਹਰ ਦੀ ਬਿਲਡਿੰਗ ਆ ਉਹਨੂੰ ਜੋ ਨਵੀਂ ਲੁੱਕ ਦਿੱਤੀ ਗਈ ਹੈ ਨਿਰਮਲ ਸਿੰਘ ਵੱਲੋਂ ਪੇਂਟ ਕੀਤਾ, ਅਤੇ ਉਹ ਸਰ ਸਾਨੂੰ ਹੁਣ ਉਹਨਾਂ ਬਾਰੇ ਚਾਨਣਾ ਪਾਉਣਗੇ ਵੀ ਕੀ ਇਹ ਜੋ ਪੇਂਟਿੰਗ ਆ ਕੀ ਮੈਸੇਜ ਦਿੰਦੀ ਆ ਲੋਕਾਂ ਨੂੰ, ਬੱਚਿਆਂ ਨੂੰ ਕੀ ਉਹ ਕਰਦੀ ਹੈ। ਹਾਂਜੀ ਸਰ, ਇਹ ਦੇਖੋ ਜੀ ਸਰਦਾਰ ਨਿਰਮਲ ਸਿੰਘ ਜੀ ਦੇ ਜ਼ਿਆਦਾ ਇਹਨਾਂ ਨੇ ਇਹ ਦੇਖੋ ਜੀ ਅੱਡੋ ਅੱਡ ਜਿਹੜੇ ਮੈਸੇਜ ਦਿੱਤੇ ਨੇ ਸਾਡੇ ਨਾਲ ਬਿਹਤਰ ਜਾਣਦੇ ਸੀ ਸਰਦਾਰ, ਕਿਉਂਕਿ ਆਪ ਵੀ ਪਹਿਲਾਂ ਪੇਂਟਿੰਗ ਕਰਦੇ ਰਹੇ ਨੇ, ਕਿਉਂਕਿ ਇਹਨਾਂ ਦੀ ਇੰਨੀ ਨੌਲੇਜ ਹੋ ਗਈ। 2000 ਮੇਰਾ ਖਿਆਲ 4 ਤੋਂ ਇਹ ਲੱਗੇ ਹੋਏ ਨੇ ਨਿਰਮਲ ਸਿੰਘ ਜੀ। ਆਹ ਦੇਖੋ ਜਲ ਬਾਰੇ ਪਾਣੀ ਬਾਰੇ ਕਿੰਨਾ ਵਧੀਆ ਮੈਸੇਜ ਆ, ਆਹ ਨਸ਼ੇ ਤਿਆਗੋ ਖੇਡਾਂ ਸਿਹਤ ਲਈ ਬਣਾਓ। ਸਾਡਾ ਪਿਛਲੇ ਪਾਸੇ ਇੱਥੇ ਮਿੰਨੀ ਜੰਗਲ ਦੇ ਨਾਲ ਗਰਾਊਂਡ ਵੀ ਆ, ਉੱਥੇ ਸਾਡੇ ਜਵਾਕ ਖੇਡਦੇ ਨੇ। ਹੁਣ ਵੀ ਅਸੀਂ ਛੋਟੇ ਜਵਾਕਾਂ ਦੀ ਟੀਮ ਬਹੁਤ ਵਧੀਆ ਬਣੀ ਹੋਈ ਆ, ਪੰਜਾਬ ਲੈਵਲ 'ਤੇ ਸਾਡੇ ਜਵਾਕ ਖੇਡਦੇ ਨੇ। ਕਲਮ ਹੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਆ, ਇਹ ਬਹੁਤ ਵਧੀਆ ਗੱਲ ਆ ਵੀ ਕਲਮ ਨਾਲ ਆਪਾਂ ਕੁਛ ਵੀ ਕਰ ਸਕਦੇ ਹਾਂ। ਲੜਾਈ ਜੰਗ ਨਾਲ ਨਹੀਂ ਜਿੱਤੀ ਜਾਂਦੀ, ਆਪਣੀ ਕਲਮ ਨਾਲ ਜਿੱਤੀ ਜਾ ਸਕਦੀ ਆ। ਜਿਹੜੇ ਇਹਦੇ ਅੱਡੋ ਅੱਡ ਨਤੀਜੇ ਨੇ, ਕਿਉਂਕਿ ਜੰਗ ਜਿਹੜਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਬਹੁਤ ਵਧੀਆ ਨਿਰਮਲ ਜੀ ਨੇ ਇਹਨਾਂ ਨੇ ਆਪ ਹੀ
ਨਤੀਜਿਆਂ ਨਾਲ ਕਰਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ। ਬਿਲਕੁਲ ਸਹੀ ਆ, ਜਿੰਨੇ ਆਪਾਂ ਮਿਹਨਤ ਕਰਾਂਗੇ ਕਿਸੇ ਚੀਜ਼ ਤੇ ਵੀ ਉਹ ਨਤੀਜਿਆਂ ਨਾਲ ਕਰਦਾ, ਇਹ ਜਿੰਨੀ ਮਿਹਨਤ ਤੇ ਉਹਨੂੰ ਉਹਦੇ ਉੱਤੇ ਉਹ ਕਰਦਾ। ਇਹੀ ਇਹਨਾਂ ਦੇ ਵਿੱਚ ਖਾਸੀਅਤ ਆ ਨਿਰਮਲ ਸਿੰਘ ਜੀ ਦੇ, ਇਹਨਾਂ ਨੇ ਪੂਰੇ ਕਿਉਂਕਿ ਅੱਡੋ ਅੱਡ ਚੀਜ਼ਾਂ ਤੇ ਇਹਨਾਂ ਨੇ ਉਹ ਫੋਕਸ ਕਰਿਆ, ਕਿਹੜਾ ਮੈਸੇਜ ਦਿੱਤਾ ਉਹ ਗਾਹਾਂ ਵੀ ਦੇਖੋ ਕਿੰਨਾ ਵਧੀਆ ਮੈਸੇਜ ਆ ਜਿਹੜਾ ਅੱਜ ਕੱਲ੍ਹ ਜਾਂਦਾ, ਪਲਾਸਟਿਕ ਆਉਣ ਵਾਲਾ ਭਵਿੱਖ ਜੇ ਬਚਾਉਣਾ ਤੁਸੀਂ ਪਲਾਸਟਿਕ ਨੂੰ ਹਟਾਓ। ਇਹ ਗੱਲ ਪੂਰੀ ਸਹੀ ਆ ਵੀ ਪਲਾਸਟਿਕ ਦੇਖੋ ਹਰੇਕ ਥਾਂ ਫਸ ਜਾਂਦਾ, ਸਰਕਾਰਾਂ ਦਾ ਵੀ ਜ਼ੋਰ ਆ ਤੇ ਇਹਨਾਂ ਨੇ ਵੀ ਪੂਰਾ ਜ਼ੋਰ ਲਾ ਕੇ ਇਹਦੇ ਉੱਤੇ ਫੋਕਸ ਦਿੱਤਾ। ਅੱਡੋ ਅੱਡ ਚੀਜ਼ ਦਾ ਇੱਕ ਇੱਕ ਜਿਹੜੀ ਬਣਾਈ ਗਈ ਆ ਇਹਦੇ ਉੱਤੇ ਸਿਨਰੀ, ਉਹਦਾ ਅੱਡੋ ਅੱਡ ਮੈਸੇਜ ਆਉਂਦਾ ਪੰਜਾਬੀ ਉਹ ਨਸ਼ੇ ਤਿਆਗੋ ਤੇ ਖੇਡਾਂ ਕਰਨੀ ਆਓ, ਦੇਖੋ ਕਿੰਨੀ ਵਧੀਆ ਇਹਦਾ ਮੈਸੇਜ ਆ। ਹੁਣ ਜਿਹੜਾ ਦੌਰ ਆ ਬੜਾ ਖਤਰਨਾਕ ਚੱਲਦਾ, ਨਸ਼ੇ ਹੀ ਦਵਾਈ ਆ ਇਹਦੇ ਪਵਾੜੇ ਨੇ, ਮਨ ਜਿਹੜਾ ਇਹਨੂੰ ਆਪਾਂ ਸੜ ਦਾਂਗੇ ਤਾਂ ਆਪਣਾ ਬੜੀ ਵਧੀਆ। ਆਹ ਪੁਰਾਣਾ ਬਰੇਸਤਾ ਦੇਖੋ ਜਿਹੜਾ ਹੈਗਾ, ਮਾਣ ਵਾਲੀ ਗੱਲ ਆ, ਸਾਡੇ ਭੰਗੜੇ ਬੋਲੀਆਂ ਪਾਉਂਦੇ ਅੱਗੇ ਕਿੰਨਾ ਵਧੀਆ ਲੱਗਦਾ ਹੁੰਦਾ ਸੀਗਾ। ਸਾਨੂੰ ਸਕੂਲ ਬਾਰੇ ਦੇਖੋ ਇਹਨਾਂ ਨੇ ਅੱਡੋ ਅੱਡ ਦਿੱਤੇ ਨੇ, ਸਾਡੇ ਬੱਚੇ ਵੀ ਬਹੁਤ ਵਧੀਆ ਨੇ, ਅੱਡੋ ਅੱਡ ਵਧੀਆ ਕਲਾਸਾਂ ਦੇ ਵਿੱਚ ਵਧੀਆ ਰਿਜ਼ਲਟ ਆਉਂਦੇ ਨੇ। ਖੇਡਾਂ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਖੇਡਾਂ ਨਾਲ ਬੰਦਾ ਤੰਦਰੁਸਤ ਰਹਿ ਸਕਦਾ, ਨਸ਼ਿਆਂ ਨੂੰ ਸੜ ਸਕਦਾ। ਅੱਛਾ ਕੁਛ ਇਹਨਾਂ ਦਾ ਮੈਸੇਜ ਆਇਆ ਦੇਖੋ, ਹਰੇਕ ਚੀਜ਼ ਦਾ ਅੱਡੋ ਅੱਡ ਪੰਜਾਬੀ ਬਾਰੇ ਦੇਖੋ ਇਹਨਾਂ ਨੇ ਕਿੰਨੀ ਵਧੀਆ ਮਾਂ ਬੋਲੀ ਪੰਜਾਬੀ ਦੀ ਲਿਖਿਆ, ਜਿਹੜੀ ਲੋਕ ਹੁੰਦੀ ਜਾ ਰਹੀ ਆ, ਆਪਾਂ ਇੰਗਲਿਸ਼ ਕੰਨੀ ਨਹੀਂ ਜ਼ਿਆਦਾ ਜਾ ਰਹੇ ਹਾਂ, ਪਰ ਆਪਾਂ ਮਾਂ ਬੋਲੀ ਜਿਹੜੀ ਆਪਣੀ ਪੰਜਾਬ ਦੀ ਆ ਇਹਨੂੰ ਆਪਾਂ ਨਾ ਭੁੱਲੀਏ। ਕਿਉਂਕਿ ਪਹਿਲਾ ਸ਼ਬਦ ਆ ਜਿਹੜਾ ਮੈਂ ਕਹੂੰਗਾ, ਜਿਹੜਾ ਮੇਰੀ ਆਪਦੀ ਥਿੰਕਿੰਗ ਆ ਵੀ ਪਹਿਲਾਂ ਆਪਣੀ ਧਰਤੀ ਮਾਂ ਆਉਂਦੀ ਆ, ਸੋਰੀ ਪਹਿਲਾਂ ਆਪਣੀ ਪੰਜਾਬੀ ਮਾਂ ਆਉਂਦੀ ਆ, ਫਿਰ ਧਰਤੀ ਮਾਂ ਆਉਂਦੀ ਆ, ਫਿਰ ਤੀਜੇ ਨੰਬਰ ਤੇ ਆਪਣੀ ਅਸਲੀ ਮਾਂ ਆਉਂਦੀ ਆ। ਕਿਉਂਕਿ ਮਾਂ ਤੁਸੀਂ ਕਹਿ ਰਹੇ ਹੋ ਤਾਂ ਮਾਂ ਤੇ ਹੀ ਜ਼ਿੰਦਗੀ ਦਾ ਰਾਹ ਤਿਆਗਣ ਲਈ ਕਿਤਾਬਾਂ ਦੇ ਹਿੱਤੇ ਹੀ ਗੁਜ਼ਾਰਾ ਹੁੰਦਾ। ਆਹ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਦੇਖੋ ਇਹ ਘੱਟੋ ਘੱਟ 600 ਫੁੱਟ ਏਰੀਆ ਤੇ ਇਹਨਾਂ ਨੇ ਪੂਰਾ ਐਨ ਅੱਡੋ ਅੱਡ ਤਰੀਕੇ ਨਾਲ ਤੇ ਅੱਡੋ ਅੱਡ ਚੀਜ਼ਾਂ ਦੇ ਨਾਲ ਪੂਰਾ ਬਣਾਇਆ। ਸਰਦਾਰ ਭਗਤ ਸਿੰਘ ਦੀ ਫੋਟੋ ਵੀ ਦੇਖੋ ਇਹਨਾਂ ਨੇ ਕਿੰਨੀ ਕਰੀ ਸ਼ੁਰੂ। ਹਾਂਜੀ ਚਲੋ ਜੀ, ਇਹ ਦੇਖੋ ਸਰਦਾਰ ਭਗਤ ਸਿੰਘ ਦੀ ਫੋਟੋ ਜਿਹੜੀ ਇਹਨਾਂ ਨੇ ਕਿੰਨੀ ਸੋਹਣੀ ਬਣਾਈ ਆ। ਦੇਖੋ ਤੁਹਾਨੂੰ ਇੱਕ ਇੱਕ ਇਹਦੇ ਵਿੱਚ ਕਿੰਨੀਆਂ, ਕੋਈ ਇਹਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਤੇ ਪੂਰੀ ਇਹਨਾਂ ਨੇ ਆਪਦੀ ਹੱਥੀਂ ਬਣਾਈ ਹੋਈ ਆ। ਦੇਖੋ ਕਿੰਨੀ ਸੋਹਣੀ ਲੱਗ ਰਹੀ ਆ। ਹਰੇਕ ਤਰ੍ਹਾਂ ਦੀ ਇਹ ਫੋਟੋ ਬਣਾ ਸਕਦੇ ਨੇ, ਸੀਨਰੀ ਬਣਾ ਸਕਦੇ ਨੇ। ਰੁੱਖ ਲਗਾਓ ਧਰਤੀ ਤਾਂ ਹੀ ਬਚਣੀ ਹੈ, ਬਿਲਕੁਲ ਸਹੀ ਗੱਲ ਆ। ਜਿੰਨੇ ਆਪਾਂ ਰੁੱਖ ਲਾਵਾਂਗੇ ਤੇ ਧਰਤੀ ਆਪਣੀ ਤਾਂ ਹੀ ਬਚੂਗੀ। ਤੇ ਇਹ ਗੱਲ ਅੱਡੋ ਅੱਡ ਮੈਸੇਜ ਜਿਹੜੇ ਇਹਨਾਂ ਨੇ ਤਿਆਰ ਕਰੇ ਨੇ ਕੁਛ ਅਸੀਂ ਵੀ ਦਿੱਤੇ ਨੇ, ਪਰ ਜ਼ਿਆਦਾ ਤਿਆਰ ਇਹਨਾਂ ਨੇ ਕਿਉਂਕਿ ਇਹ ਆਪ ਖੁਦ ਕਰਦੇ ਰਹੇ ਨੇ, ਜਾਂਦੇ ਰਹੇ ਨੇ। ਸਾਨੂੰ ਬੜੀ ਖੁਸ਼ੀ ਆ ਇਹਨਾਂ ਨੇ ਅੱਡੋ ਅੱਡ। ਦੇਖੋ ਮੈਸੇਜ ਆ ਜਿਹੜਾ ਇਹ ਦੇਖੋ ਕਿੰਨਾ ਵਧੀਆ ਲਿਖਿਆ ਗਿਆ ਉੱਤੇ, ਅਵਰ ਉਵੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਸਾਰੇ ਧਰਮਾਂ ਦੇ ਬੰਦੇ ਪੜ੍ਹਦੇ ਨੇ, ਸਿੱਖ, ਇਸਾਈ, ਮੁਸਲਮਾਨ, ਹਿੰਦੂ, ਇੱਥੇ ਸਾਰਾ ਵਧੀਆ ਮੈਸੇਜ ਜਿਹੜਾ ਇਹ ਇਹਨਾਂ ਨੇ ਲਿਖਿਆ ਪੂਰਾ ਵਧੀਆ। ਸਾਡੇ ਸਕੂਲ ਦੇ ਵਿੱਚ ਵੀ ਸਾਡੇ ਕੋਲ ਵਧੀਆ ਜਵਾਕ ਪੜ੍ਹਦੇ ਨੇ, ਸਾਡੇ ਟੀਚਰ ਪੜ੍ਹਾਉਣ ਵਾਲੇ ਬਹੁਤ ਵਧੀਆ ਨੇ ਤੇ ਸਾਰਾ ਨਤੀਜੇ ਵੀ ਬਹੁਤ ਵਧੀਆ ਆ ਰਹੇ ਨੇ। ਤੇ ਹੁਣ ਇਹਦੀ ਡਿਵੈਲਪਮੈਂਟ ਵੀ ਹੋ ਰਹੀ ਆ ਤੇ ਪੂਰੀ ਆਹ ਤਰ੍ਹਾਂ ਨਾਲ, ਤੇ ਅਸੀਂ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਇਹ ਕੰਮ ਕਰਕੇ ਗਏ ਸਰਦਾਰ ਨਿਰਮਲ ਸਿੰਘ ਜੀ। ਇਹ ਸਾਡੇ ਸਰ ਕਰਮਜੀਤ ਸਿੰਘ ਰਾਣੋ ਜੋ ਸਕੂਲ ਦੇ PTI ਹਨ, ਇਹ ਸਾਨੂੰ ਸਕੂਲ ਬਾਰੇ ਜਾਣਕਾਰੀ ਦੇਣਗੇ। ਹਾਂਜੀ ਸਰ। ਸਰ ਜਿਹੜੇ ਇਹ ਸਕੂਲ ਨੇ ਇਹ ਏਡਡ ਸਕੂਲ ਨੇ ਅਤੇ ਇਹ ਅੰਗਰੇਜ਼ਾਂ ਦੇ ਟਾਈਮ ਦੇ ਸਕੂਲ ਨੇ, ਆਜ਼ਾਦੀ ਤੋਂ ਪਹਿਲਾਂ ਇਹ ਤਕਰੀਬਨ ਸਾਰੇ ਇੰਡੀਆ ਲੈਵਲ ਦੇ ਸਕੂਲ ਸੀ। ਦਿੱਲੀ ਪੈਟਰਨ ਦੇ ਦੀਆਂ ਨੇ ਕਮੇਟੀਆਂ ਬਣੀਆਂ ਹੋਈਆਂ ਨੇ ਅਤੇ ਪੰਜਾਬ ਲੈਵਲ ਦੇ 484 ਸਕੂਲ ਨੇ। ਇਹ ਸਕੂਲ ਵੀ RS ਖਾਲਸਾ ਹਾਈ ਸਕੂਲ ਪੰਜਾਬ ਦੇ ਵਿੱਚ ਨਾਮੀ ਸਕੂਲਾਂ ਦੇ ਵਿੱਚ ਆਉਂਦਾ, ਜਿਨ੍ਹਾਂ ਦਾ ਨਾਂ ਅੱਜ ਵੀ ਪੂਰਾ ਗਿਣਿਆ ਜਾਂਦਾ। ਅਤੇ ਇਹਦੀ ਜਿਹੜੀ ਸ਼ੁਰੂਆਤ ਸੀਗੀ 19ਵੀਂ ਸਦੀ ਦੇ ਅੰਤ ਵਿੱਚ ਬਾਬਾ ਸਾਧੂ ਦਾਸ ਧਰਮਰਾਜ ਜੀ ਨੇ ਕਰੀ ਸੀ ਅਤੇ ਇਹਨਾਂ ਨੂੰ ਜਿਹੜੀ ਜ਼ਮੀਨ ਵਗੈਰਾ ਦਿੱਤੀ ਆ ਜੈਲਦਾਰ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਦਿੱਤੀ ਆ ਅਤੇ ਉਹ ਉਦੋਂ ਬਾਅਦ ਇਹਦਾ ਕੰਮ ਆ ਜਿਹੜਾ ਚੱਲਦਾ ਗਿਆ। 1918 ਦੇ ਵਿੱਚ ਇਹ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਗਿਆ ਅਤੇ ਸਕੂਲ ਨੂੰ 22 ਦੇ ਵਿੱਚ ਮਾਨਤਾ ਮਿਲ ਗਈ ਅਤੇ ਉਦੋਂ ਬਾਅਦ ਜਿਹੜੇ ਇਹਨਾਂ ਦੇ ਪਹਿਲੇ ਹੈੱਡ ਮਾਸਟਰ ਸਾਹਿਬ ਬਣੇ ਸਰਦਾਰ ਨਾਹਰ ਸਿੰਘ ਜੀ, ਉਹਨਾਂ ਨੇ ਇਹਦੇ ਵਿੱਚ ਬੜਾ ਯੋਗਦਾਨ ਪਾਇਆ।
ਤੇ ਵੱਖ ਵੱਖ ਤਰ੍ਹਾਂ ਦੇ ਇੱਥੇ ਈਟੀਜ਼ ਦੀ ਜਿਹੜਾ ਵੀ ਕੋਰਸ ਹੁੰਦਾ ਰਿਹਾ ਤੇ ਹੁਣ ਇਹਦੇ ਵਿੱਚ ਹੋਰ ਜਿਹੜੇ ਬੜੇ ਬੜੇ ਹੈੱਡ ਮਾਸਟਰਾਂ ਨੇ ਅੱਗੋ ਅੱਗ ਜਿਹੜੇ ਸੀਗੇ ਉਹ ਯੋਗਦਾਨ ਪਾਉਂਦੇ ਰਹੇ ਨੇ ਤੇ ਇੱਥੋਂ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਉਹ ਉੱਚੀਆਂ ਪਦਵੀਆਂ 'ਤੇ ਬਹੁਤ ਗਏ ਨੇ ਅਤੇ ਇੱਥੇ ਤੱਕ ਕਿ ਧਰਮਿੰਦਰ ਵੀ ਇੱਥੋਂ ਆਪਣੇ ਪੇਪਰ ਦੇ ਕੇ ਗਿਆ ਅਤੇ ਇੱਕ ਵਾਰੀ ਹਾਕੀ ਦੀ ਓਲੰਪਿਕ ਖੇਡਾਂ ਵਿੱਚ ਵੀ ਇੱਥੇ ਦਾ ਬੱਚਾ ਖੇਡਿਆ ਅਤੇ ਉਹਨਾਂ ਨੇ 1968 ਵਿੱਚ ਹਾਕੀ ਦੀ ਖਿਡਾਰੀ ਦੀ ਟੀਮ ਦੇ ਵਿੱਚ ਸਰਦਾਰ ਰੰਗ ਸਿੰਘ ਜੀ ਮਾਕਟ ਭਾਰਤੀ ਅਤੇ ਕੈਨੇਡਾ ਦੀਆਂ ਨਾਮਕਰ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਅਤੇ ਸੈਨ ਦੀਆਂ ਸੇਵਾ ਨਿਭਾ ਰਹੇ ਨੇ। ਉਹਨਾਂ ਤੋਂ ਇਲਾਵਾ ਪੰਜਾਬੀ ਬੋਲੀ ਦੇ ਲੇਖਕ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਲੇਖਕ ਪ੍ਰਮੋਟਰ ਇਕਬਾਲ ਮਹਾਲ, ਜਿਨ੍ਹਾਂ ਦਾ ਅੱਜ ਵੀ ਨਾਮ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ, ਅਤੇ ਹੋਰ ਵੀ ਇਹਨਾਂ ਦੇ ਵਿੱਚ ਕਈ ਜਾਣੇ ਜਿਹੜੇ ਬਹੁਤ ਇੱਕ ਮਨਮਾਲਾ ਅਜੀਤ ਸਿੰਘ ਜੀ ਮੁੰਡੀ ਮਨਮਾਲਾ ਜਨਰਲ ਲੈਫਟੀਨੈਂਟ ਜਨਰਲ ਉਹ ਵੀ ਇੱਥੇ ਉੱਚੀਆਂ ਪਦਵੀਆਂ 'ਤੇ ਰਹੇ ਨੇ ਅਤੇ ਵੱਖ ਵੱਖ ਇਹਨਾਂ ਦੇ ਵਿੱਚ ਜਿਹੜੇ ਸਰਦਾਰ ਬਲਵੰਤ ਸਿੰਘ ਜੀ ਨੇ ਮੁੱਖ ਅਧਿਆਪਕ ਦੇ ਤੌਰ 'ਤੇ ਇਹਦੇ ਲਈ ਬਿਹਤਰੀ ਕੰਮ ਕਰਿਆ ਅਤੇ ਸਮੇਂ ਦੇ ਆਉਣ ਨਾਲ ਹੁਣ ਵੀ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਆ ਅਤੇ ਸੁਰਿੰਦਰ ਸਿੰਘ ਸਵਾਮੀ ਸੇਵਕ ਸਿਕੰਦਰ ਉਹਨਾਂ ਦੀ ਆਰਕੀਟੈਕਟ ਜੇ ਅਤੇ ਉਹਨਾਂ ਦੇ ਅਤੇ ਕਮੇਟੀ ਮੈਂਬਰ ਸਰਦਾਰ ਨਰੋਤਮ ਸਿੰਘ ਜੀ ਮੈਨੇਜਰ ਸਾਹਿਬ ਅਤੇ ਪ੍ਰਧਾਨ ਹਰਪਾਲ ਸਿੰਘ ਜੀ, ਸੈਕਟਰੀ ਸਾਹਿਬ ਸ਼੍ਰੀ ਬਲਦੇਵ ਕ੍ਰਿਸ਼ਨ ਜੀ ਅਤੇ ਵਾਈਸ ਮੈਨੇਜਰ ਸਰਦਾਰ ਮਾਂਕਟ ਸਾਹਿਬ ਜਸਵਿੰਦਰ ਸਿੰਘ ਜੀ ਮਾਂਕਟ ਅਤੇ ਉਹਨਾਂ ਦੇ ਹੋਰ ਵੀ ਕਮੇਟੀ ਮੈਂਬਰ ਜਿਹੜੇ ਸਾਨੂੰ ਸਹਿਯੋਗ ਕਰਦੇ ਰਹੇ ਨੇ ਅਤੇ ਅੱਡੋ ਅੱਡ ਸਾਨੂੰ ਇੰਡਸਟਰੀਆਂ ਤੋਂ ਸਾਡੇ ਨਾਲ ਉਹ ਜੋੜਦੇ ਰਹੇ ਨੇ ਅਤੇ ਇੱਥੇ ਸਕੂਲ ਦੇ ਵਿੱਚ ਸਾਡੇ ਪੁਰਾਣਾ ਜਿੱਦਾਂ ਇਤਿਹਾਸਕ ਗੁਰਦੁਆਰਾ ਵੀ ਹੈ, ਇੱਕ ਪਹਿਲਾਂ ਤੋਂ ਚੱਲਿਆ ਆ ਰਿਹਾ, ਉਹ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜਿਹਦੀ ਸੇਵਾ ਕਰ ਰਹੇ ਨੇ ਅੱਜ ਭਾਈ ਗੁਰਮੀਤ ਸਿੰਘ ਜੀ ਅਤੇ ਸਾਨੂੰ ਜਿਹੜੇ ਉੱਥੋਂ ਕਈ NRI ਵੀਰ ਜਿਹੜੇ ਪੱਕੇ ਤੌਰ 'ਤੇ ਗੁਰਦੁਆਰੇ ਸਾਹਿਬ ਨਾਲ ਵੀ ਜੁੜੇ ਹੋਏ ਨੇ, ਜਿੰਮੀ ਜੀ ਕੈਨੇਡਾ ਤੋਂ ਅਤੇ ਲਾਲੀ ਜੀ ਇੰਗਲੈਂਡ ਤੋਂ ਅਤੇ ਸੁੱਖੀ ਜੀ ਕੈਨੇਡਾ ਤੋਂ ਅਤੇ ਹੋਰ ਵੀ ਸਾਨੂੰ ਕਿਤਨਾ ਕਿਤੋਂ ਸਾਨੂੰ ਸੰਗਤ ਕਰਨੀ ਹੋ, ਪਿੰਡ ਦੀ ਸੰਗਤ ਕਰਨੀ ਹੋ ਅਤੇ ਬਾਹਰੋਂ ਹੋਰ ਵੀ ਕੁਛ ਨਾ ਕੁਛ ਸਾਨੂੰ ਆਪਣੇ ਗੁਰਦੁਆਰੇ ਸਾਹਿਬ ਲਈ ਦਿੰਦੇ ਰਹਿੰਦੇ ਨੇ ਅਤੇ ਇੱਥੇ ਅਸੀਂ ਇਹ ਗੁਰਦੁਆਰੇ ਸਾਹਿਬ ਦੇ ਵਿੱਚ ਸੰਗਰਾਂਦ ਬਣਾਉਂਦੇ ਹਾਂ ਹਰੇਕ ਮਹੀਨੇ ਦੀ ਅਤੇ ਗੁਰਪੁਰਬ ਨੂੰ ਅਸੀਂ ਨਾਨਕ ਦੇਵੀ ਨੂੰ ਪੂਰਾ ਨਗਰ ਕੀਰਤਨ ਹੋਲੇ ਪੂਰੀਆਂ ਦਾ ਜੱਗ ਚਲਾਉਂਦੇ ਹਾਂ, ਸਾਰੇ ਨਗਰ ਦੇ ਵਿੱਚ ਪੂਰਾ ਸਾਡਾ ਜੱਗ ਵੀ ਚੱਲਦਾ ਅਤੇ ਅਸੀਂ ਜੀ ਸੋਨੂੰ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ। ਆਰਸ ਖਾਲਸਾ ਜੀ। ਇਹ ਜੀ ਗੁਰਦੁਆਰੇ ਸਾਹਿਬ ਦਾ ਬਰਾਂਡਾ, ਇੱਥੇ ਅਸੀਂ 10 ਗੁਰੂਆਂ ਸਾਹਿਬ ਦੇ ਨਾਮ, 4 ਸਾਹਿਬਜ਼ਾਦਿਆਂ ਦੇ, 5 ਪਿਆਰਿਆਂ ਦੇ, 5 ਬਾਣੀਆਂ ਦੇ, 5 ਤਖਤਾਂ ਦੇ ਅਤੇ 5 ਕਿਲੇ ਅਤੇ 5 ਸਰੋਵਰਾਂ ਦੇ ਸਾਰਿਆਂ ਦੇ ਅਸੀਂ ਨਾਮ ਲਿਖਾਏ ਨੇ ਤਾਂ ਕਿ ਸੰਗਤ ਨੂੰ ਅਤੇ ਵਿਦਿਆਰਥੀਆਂ ਨੂੰ ਸਾਡਿਆਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਅਤੇ ਇਹਨਾਂ ਅਤੇ ਹੋਰ ਵੀ ਅਸੀਂ ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਵੀ ਇੱਥੇ ਅਸੀਂ ਲਿਖਾਈਆਂ ਨੇ। ਆਓ ਤੁਹਾਨੂੰ ਗਾਹਾਂ ਅੱਗੇ ਜੀ ਗੁਰਦੁਆਰਾ ਸਾਹਿਬ ਸੋਭਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਨਾਂ ਦੇ ਦਰਸ਼ਨ ਕਰਾਈਏ। ਜਿਵੇਂ ਇਹ ਪਹਿਲਾਂ ਤੋਂ ਹੀ ਇੱਥੇ ਜਿੱਦਾਂ ਸਕੂਲ ਖੁੱਲ੍ਹਿਆ ਅਤੇ ਜਿੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਸੋਭਤ ਨੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਹਰੇਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀਗਾ, ਉਵੇਂ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਖਾਲਸਾ ਸਕੂਲ ਹੋਣ ਕਰਕੇ ਇੱਥੇ ਗ੍ਰੰਥ ਸਾਹਿਬ ਜੀ ਸੋਭਤ ਨੇ ਅਤੇ ਇੱਥੇ ਭਾਈ ਹੁਣ ਵੀ ਭਾਈ ਹਰੇ ਸਿੰਘ ਇੱਥੇ ਸੇਵਾ ਕਰਦੇ ਨੇ ਅਤੇ ਭਾਈ ਗੁਰਮੀਤ ਸਿੰਘ ਜੀ ਵੀ ਸੇਵਾ ਕਰਦੇ ਨੇ ਅਤੇ ਹਰੇਕ ਮਹੀਨੇ ਦੀ ਸੰਗਰਾਂਦ ਮਨਾਈ ਜਾਂਦੀ ਆ। ਉਹ ਤੋਂ ਇਲਾਵਾ ਅਸੀਂ ਜੀ ਹਰੇਕ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਮਨਾਇਆ ਜਾਂਦਾ। ਇੱਥੇ ਸਾਨੂੰ ਸੰਗਤ ਕਰਨੀ ਪੂਰਾ ਸਹਿਯੋਗ ਦਿੱਤਾ ਜਾਂਦਾ,
ਸਾਨੂੰ ਕੰਪਨੀਆਂ ਕਰਨੀਆਂ ਵੀ ਬਹੁਤ ਸਹਿਯੋਗ ਦਿੰਦੇ ਸਾਨੂੰ ਐਨ ਆਰ ਆਈ ਵੀਰ ਵੀ ਸਹਿਯੋਗ ਦਿੰਦੇ ਨੇ ਸਾਡੇ ਏ ਇੱਥੇ ਏ ਸੀ ਵੀ ਲੱਗਿਆ ਹੋਇਆ ਅਤੇ ਸਾਰੀ ਤਰ੍ਹਾਂ ਦੀ ਇੱਥੇ ਸਹੂਲਤ ਆ ਜਿਹੜੀ ਗੁਰੂ ਮਹਾਰਾਜ ਜੀ ਦੇ ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਇੱਥੇ ਪੂਰਾ ਅਸੀਂ ਆਪ ਵੀ ਰੱਖਦੇ ਹਾਂ ਅਤੇ ਸਾਡੇ ਬੱਚੇ ਵੀ ਇੱਥੇ ਆਉਣ ਜਾਂਦੇ ਨੇ ਧਾਰਮਿਕ ਉਹਨਾਂ ਨੂੰ ਪੂਰਾ ਦਿੱਤਾ ਜਾਂਦਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਨਿਰਮਲ ਸਿੰਘ ਜੀ ਨੇ ਸਾਡੇ ਜਿਹੜਾ ਪੇਂਟਿੰਗ ਦਾ ਕੰਮ ਬਹੁਤ ਵਧੀਆ ਕਰਿਆ ਅਸੀਂ ਸਕੂਲ ਕੰਨਿਓਂ ਅਤੇ ਗੁਰਦੁਆਰਾ ਸਾਹਿਬ ਕੰਨਿਓਂ ਇਹਨਾਂ ਦਾ ਸਰੋਪੇ ਨਾਲ ਸਨਮਾਨ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਦਾਰ ਨਿਰਮਲ ਸਿੰਘ ਜੀ ਦੇ ਨਾਲ ਉਹਨਾਂ ਦੇ ਚੇਲੇ ਨੇ ਜਿਵੇਂ ਕਹਿ ਦਈਏ ਇਹਨਾਂ ਨੇ ਵੀ ਸਾਡੇ ਅਤੇ ਬਹੁਤ ਵਧੀਆ ਪੇਂਟਿੰਗ ਦਾ ਕੰਮ ਕਰਿਆ ਅਤੇ ਇਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਦੇ ਹਾਂ ਸਕੂਲ ਕੰਨਿਓਂ ਅਤੇ ਗੁਰਦੁਆਰੇ ਕੰਨਿਓਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।